ਸਵਾਗਤ ਹੈ ਇੱਕ ਵਾਰੀ ਫਿਰ ਤੁਹਾਡੇ ਆਪਣੇ ਚੈਨਲ ਐਜ਼ੂਮੈਟ ਕੀ ਸੋਲੂਸ਼ਨ 'ਤੇ। ਮੈਂ ਤੁਹਾਡਾ ਦੋਸਤ ਵਰਿੰਦਰ ਲੈ ਕੇ ਆਉਣਾ ਹਰ ਉਸ ਨਵੀਂ ਅਤੇ ਤਾਜ਼ਾ ਅਪਡੇਟ। ਅਤੇ ਅੱਜ ਗੱਲ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਹੋਇਆ ਮੈਟ੍ਰਿਕ ਪ੍ਰੀਖਿਆ ਜਨਵਰੀ 2021 ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਪ੍ਰੀਖਿਆ ਰਿਪੇਅਰ ਆਈ ਸੀ ਮੈਟ ਓਪਨ ਵਾਲਿਆਂ ਦੀ ਉਹਨਾਂ ਦੇ ਜਿਸਦਾ ਨਤੀਜਾ 3/3/2021 ਨੂੰ ਘੋਸ਼ਿਤ ਹੋਇਆ ਸੀ ਉਹਨਾਂ ਲਈ ਅਪ੍ਰੈਲ 2021 'ਚ ਹੋਣ ਵਾਲੀ 10ਵੀਂ ਦੀ ਸਾਲਾਨਾ ਪ੍ਰੀਖਿਆ ਅਪੀਅਰ ਹੋਣ ਲਈ ਪ੍ਰੀਖਿਆ ਦੀਆਂ ਫੀਸਾਂ ਦੇ ਫਾਰਮ ਦੀ ਡੇਟ ਬਾਰੇ ਗੱਲ ਕਰਾਂਗੇ। ਟੋਟਲ ਫੀਸ ਆ ਜਿਹੜੀ 1050 ਰੁਪਏ ਹੈਗੀ ਅਤੇ ਬਿਨਾਂ ਲੇਟ ਫੀਸ 19/3/2021 1000 ਰੁਪਏ ਲੇਟ ਫੀਸ ਨਾਲ ਅਤੇ ਪ੍ਰੀਖਿਆ ਫਾਰਮ ਭਰਨ ਦੀ ਔਨਲਾਈਨ ਫੀਸ ਜਮ੍ਹਾਂ ਕਰਵਾਉਣ ਦੀ 19/3/2021 ਅਤੇ 24/3/2021 ਆ ਜਿਹੜੀ 1000 ਰੁਪਇਆ ਵੱਧ ਤੁਹਾਨੂੰ ਜਮ੍ਹਾਂ ਕਰਵਾਉਣਾ ਪਊਗਾ। ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 24/3/2021 ਆ ਖੇਤਰੀ ਦਫ਼ਤਰ ਅਤੇ 31/3/2021 ਆ। ਪ੍ਰੀਖਿਆ ਅਤੇ ਹੋਰ ਪ੍ਰੀਖਿਆ ਦੇ ਪ੍ਰੋਸਪੈਕਟ ਸੰਬੰਧੀ ਜਾਣਕਾਰੀ ਦੇਣ ਲਈ ਇਹਨਾਂ ਦੀ www.pscb.ac.in 'ਤੇ ਜਾ ਕੇ ਤੁਸੀਂ ਅਪਲੋਡ ਕਰ ਸਕਦੇ ਹੋਗੇ ਅਤੇ ਸਾਰੀਆਂ ਇੰਸਟਰਕਸ਼ਨ ਦੇਖ ਸਕਦੇ ਹੋ। ਪ੍ਰੀਖਿਆ ਫੀਸ ਕੇਵਲ ਔਨਲਾਈਨ ਹੀ ਭਰੀ ਜਾ ਸਕਦੀ ਹੈਗੀ। ਹੋਰ ਅਪਡੇਟ ਦੇ ਲਈ ਤੁਸੀਂ ਇਹਨਾਂ ਇਨਕੁਆਇਰੀ ਨੰਬਰ 'ਤੇ ਕਾਲ ਕਰ ਸਕਦੇ ਹੋ ਅਤੇ ਗੱਲਬਾਤ ਕਰ ਸਕਦੇ ਹੋ। ਇਸ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਸਾਡੇ ਨਾਲ ਜੁੜੇ ਰਹੋ। ਥੈਂਕ ਯੂ।